ਸਸ਼ੀਕਾ ਦੋਸਤੋ ਕਾਫੀ ਵੀ ਡਾਕਟਰ ਹੈਲਥ ਕੇਅਰ ਸ਼ੋਅ ਵੀ ਸਾਡੇ ਸਾਰੇ ਦੇਸ਼ ਤੇ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ ਸਮਾਰਟ ਸਿਟੀ ਲੁਧਿਆਣਾ ਦੇ DMC ਹਸਪੀਟਲ ਦੀ ਨਵੀਂ OPD ਦਾ ਉਦਘਾਟਨ ਕੀਤਾ ਗਿਆ, ਆਓ ਵੇਖਦੇ ਹਾਂ ਇੱਕ ਰਿਪੋਰਟ। ਸਤਿ ਸ਼੍ਰੀ ਅਕਾਲ ਜੀ, ਅੱਜ DM ਮੈਡੀਕਲ ਹੋਸਪਿਟਲ ਨੇ ਜੋ OPD ਜਨਰਲ OPD ਦੀ ਸਟੇਟ ਆਫ ਦੀ ਆਰਟ ਬਣਾਈ ਹੈ, ਜਿਹਦੇ ਅਸੀਂ ਪੇਸ਼ੈਂਟ ਕੋਲ 30 ਰੁਪਏ ਲੈਂਦੇ ਹਾਂ ਜਨਰਲ OPD ਦਾ, ਜੋ ਸਟੇਟ ਆਫ ਦੀ ਆਰਟ ਬਣਾਈ ਗਈ। ਪੇਸ਼ੈਂਟ ਨੂੰ ਬਹੁਤ ਤਕਲੀਫ ਹੋ ਰਹੀ ਸੀ, 2006 'ਚ ਬਣਾਈ ਸੀ, ਉਹਨਾਂ ਬੈਠਣ ਦੀ ਸਪੇਸ ਨਹੀਂ ਸੀ, ਡਾਕਟਰ ਦੇ ਕਮਰੇ ਛੋਟੇ ਸੀ। ਜੋ ਨਵੇਂ ਕੰਪਿਊਟਰਾਈਜ਼ ਸਿਸਟਮ ਅਸੀਂ ਕਰ ਰਹੇ ਹਾਂ ਉਹਦੀ ਸਪੇਸ ਘੱਟ ਸੀ, ਉਸ ਕਰਕੇ ਅਸੀਂ ਬੰਨੇ ਵੀ ਬਣਾ ਕੇ ਅਤੇ ਉਹਨੂੰ ਪੇਸ਼ੈਂਟ ਨੂੰ ਵੀ ਆਰਾਮ ਮਿਲੇਗਾ, ਡਾਕਟਰ ਨੂੰ ਆਰਾਮ ਮਿਲੇਗਾ ਕਿ ਪੇਸ਼ੈਂਟ ਦੀ ਕੇਅਰ ਡਾਕਟਰ ਬੈਟਰ ਦੇਖ ਸਕਣਗੇ ਕਿ ਉਹਦੀ ਬਿਮਾਰੀ ਕੀ ਹੈ। ਉਹ ਅੱਜ ਉਹਦਾ ਉਦਘਾਟਨ ਕੀਤਾ ਸਾਡੇ ਵਾਈਸ ਪ੍ਰੈਜੀਡੈਂਟ ਨੇ ਅਤੇ ਸਾਰੀ ਟੀਮ ਮੈਨੇਜਮੈਂਟ ਨੇ, ਜਿਹਦੇ 'ਚ ਅੱਜ ਉਦਘਾਟਨ ਕਰਕੇ ਉਹਦੇ ਨਾਲ ਕਾਫੀ ਲੋਕਾਂ ਨੂੰ ਫਾਇਦਾ ਮਿਲੇਗਾ। ਪੇਸ਼ੈਂਟ ਦਾ ਜੋ ਨੰਬਰ ਸੀ ਪਹਿਲੇ, ਹੁਣ ਬਹੁਤ ਜ਼ਿਆਦਾ ਵੱਧ ਗਿਆ 2016-17 ਤੋਂ, ਉਹਨੂੰ ਉਹ ਕੰਫਰਟੇਬਲ ਰਹਿਣਗੇ ਪੇਸ਼ੈਂਟ। ਉਹ ਕੰਟੀਨ ਕੀਤੀ, ਉਹ ਕੈਫੇ ਬਣਾ ਰਹੇ ਹੈ ਕਿ ਉਹ ਉਹਦਾ ਅਸੀਂ ਜੋ AC ਲਗਾਏ ਹੈ, ਪਹਿਲੇ ਸਾਡੇ AC ਲੱਗੇ ਅਸੀਂ ਸਿਰਫ ਠੰਡਾ ਕਰਦੇ ਸੀ, ਹੁਣ ਨਵੇਂ AC ਲਗਾਏ, ਉਹ ਗਰਮੀ ਸਰਦੀਆਂ 'ਚ ਗਰਮੀ ਕਰਨਗੇ, ਗਰਮੀ 'ਚ ਠੰਡਾ ਵੀ ਕਰਾਂਗੇ। ਉਹਦੇ ਇਸ ਕਾਰਨ ਪਿੰਡਾਂ ਦੇ ਲੋਕ ਆਉਂਦੇ ਬਹੁਤ ਦੂਰੋਂ ਅਤੇ ਉਹਨੂੰ ਠੰਡ ਬੜੀ ਲੱਗਦੀ ਸੀ, ਉਸ ਕਾਰਨ ਸੋਚ ਕੇ AC ਦਾ ਵੀ ਸਾਰਾ ਚੇਂਜ ਕੀਤਾ। ਕੰਟੀਨ ਵੀ ਅਸੀਂ ਸਟੇਟ ਆਫ ਦੀ ਆਰਟ ਬਣਾ ਰਹੇ ਹਾਂ ਕਿ ਉਹਨੂੰ ਕੰਫਰਟੇਬਲ ਪ੍ਰਾਈਜ਼ ਰੱਖੀਏ ਕਿ ਪਿੰਡ ਵਾਲੇ ਜੋ ਆਉਂਦੇ, ਗਰੀਬ ਲੋਕ ਆਉਂਦੇ ਆ, ਉਹਨੂੰ ਸਸਤੀ ਜਗ੍ਹਾ ਅਤੇ ਹੈਲਦੀ ਫੂਡ ਮਿਲ ਸਕੇ ਕੰਟੀਨ ਦੇ ਵਿੱਚ। ਸੋ ਦੋਸਤੋ, ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਆਪਣੇ ਸ਼ਹਿਰ ਦੀ ਸਫਾਈ ਰੱਖੋ, ਆਪਣੇ ਮਾਤਾ ਪਿਤਾ ਧਿਆਨ ਰੱਖੋ, ਮੇਰੇ ਛੋਟੇ ਭੈਣ ਭਰਾ ਤੇ ਪੜ੍ਹਦੇ ਲਿਖਦੇ ਰਹਿਣ, ਕਿਉਂਕਿ ਪੜ੍ਹੇਗਾ ਇੰਡੀਆ ਤੋਂ ਅੱਗੇ ਬੜੇਗਾ ਇੰਡੀਆ। ਸੋ ਕੈਮਰਾ ਪਰਸਨ B ਮਨਜੀਤ ਦੇ ਨਾਲ ਹਰਦੀਪ, ਦੁਆ ਨੂੰ ਦਿਓ ਇਜਾਜ਼ਤ, ਧੰਨਵਾਦ।